ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸੰਗਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਰੂਹੀ ਗਰੋਵਰ ਅਤੇ ਅੱਜ ਦਿਨ ਹੈ ਵੀਰਵਾਰ 21 ਅਕਤੂਬਰ 2021 ਅਤੇ ਦੇਸੀ 31 ਮਹੀਨੇ ਦੀ ਮਿਤੀ ਹੈ 5 ਅਤੇ ਪ੍ਰੋਗਰਾਮ ਵਿੱਚ ਅੱਗੇ ਵਧਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਹਮੇਸ਼ਾ ਵਾਂਗ ਕਿ ਇਸ ਵੇਲੇ ਸੰਗਤ ਟੀ ਵੀ 'ਤੇ ਤੁਸੀਂ ਸਾਡਾ ਲਾਈਵ ਪ੍ਰੋਗਰਾਮ ਦੇਖ ਰਹੇ ਹੋ ਗੁੱਡ ਮਾਰਨਿੰਗ ਸੰਗਤ। ਜੇਕਰ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਵਿੱਚ ਲਾਈਵ ਜੁੜਨਾ ਚਾਹੁੰਦੇ ਹੋ, ਆਪਣੇ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਫਿਰ ਆਪਣੇ ਕੋਈ ਸਵਾਲ ਉਠਾਉਣਾ ਚਾਹੁੰਦੇ ਹੋ ਤਾਂ ਥੱਲੇ ਸਕਰੀਨ 'ਤੇ ਦਿੱਤੇ ਨੰਬਰ 'ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਤੇ ਹੁਣ ਪ੍ਰੋਗਰਾਮ ਵਿੱਚ ਅੱਗੇ ਵੱਧਦੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਕਿਹੜੇ ਮਸਲਿਆਂ ਉੱਤੇ ਗੱਲਬਾਤ ਕੀਤੀ ਜਾਏਗੀ। ਪਹਿਲਾ ਮਸਲਾ ਤਾਂ ਇਹ ਕਿ ਕੈਪਟਨ ਦੀ ਨਵੀਂ ਪਾਰਟੀ ਤੋਂ ਸੁੱਖੀ ਰੰਧਾਵਾ ਅਤੇ ਕਿਸਾਨ ਅੰਦੋਲਨ ਬਹੁਤ ਜ਼ਿਆਦਾ ਭੜਕੇ ਹੋਏ ਨੇ। ਉੱਥੇ ਹੀ ਰੰਧਾਵਾ ਨੇ ਆਖਿਆ ਕਿ ਕੈਪਟਨ ਖਿਲਾਫ਼ ਪਾਕਿਸਤਾਨੀ ਏਜੰਟ ਨਾਲ ਮਿਲ ਕੇ ਸਾਜਿਸ਼ ਕਰਨ ਦੇ ਦੋਸ਼ ਵਿੱਚ ਉਹਨਾਂ ਨੂੰ ਉਹਨਾਂ ਦੇ ਕੇਸ ਦਰਜ ਹੋਣਾ ਚਾਹੀਦਾ। ਦੂਜੇ ਪਾਸੇ ਜੋ ਕੈਪਟਨ ਹੈ ਉਹ ਆਪਣੀ ਨਵੀਂ ਪਾਰਟੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨੇ। ਉਹ ਕਹਿ ਰਹੇ ਨੇ ਕਿ ਜੇ 92 ਸਾਲ ਦੇ ਮੁਰਾਰ ਜੀ ਜੋ ਨੇ ਉਹ ਪੀ ਐਮ ਬਣ ਸਕਦੇ ਨੇ, ਫਿਰ ਉਹ ਤਾਂ ਉਹਨਾਂ ਤੋਂ 15 ਸਾਲ ਛੋਟੇ ਨੇ। ਇੱਕ ਇਸ ਮੁੱਦੇ 'ਤੇ ਗੱਲ ਹੋਏਗੀ ਅਤੇ ਇੱਕ ਇਸ ਮੁੱਦੇ 'ਤੇ ਗੱਲਬਾਤ ਕੀਤੀ ਜਾਏਗੀ ਕਿ ਲਖੀਮਪੁਰ ਖੀਰੀ ਕਾਂਡ ਦੇ ਮਸਲੇ 'ਤੇ ਸੁਪਰੀਮ ਕੋਰਟ ਵੱਲੋਂ ਯੋਗੀ ਆਦਿੱਤਿਆਨਾਥ ਦੀ ਜੋ ਸਰਕਾਰ ਹੈ ਉਸਨੂੰ ਚਾਰਚਮ ਕੀਤੀ ਜਾ ਰਹੀ ਹੈ, ਕਿਉਂਕਿ ਓਬਵੀਅਸਲੀ ਇਹ ਗੱਲ ਤਾਂ ਹੈਗੀ ਕਿ ਇੰਨਾ ਟਾਈਮ ਕਿਉਂ ਲੱਗ ਰਿਹਾ ਇਸ ਕੇਸ ਨੂੰ ਨਿਪਟਾਉਣ ਲਈ। ਅਤੇ ਇੱਕ ਆਹ ਮੁੱਦਾ ਚੱਕਿਆ ਜਾਏਗਾ ਕਿ ਸਿੰਘੂ ਬਾਰਡਰ ਦੀ ਜਾਂਚ ਲਈ 4 ਕਮੇਟੀ ਗਠਿਤ ਕੀਤੀ ਗਈ ਹੈ। ਨਾਲ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਮੇਨ ਨਿਹੰਗ ਸੀ ਅਮਨ ਸਿੰਘ, ਉਹਨਾਂ ਇੱਕ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਉਹਨਾਂ ਦੀ ਫੈਮਿਲੀ ਹੈ ਉਹ ਰਹਿੰਦੀ ਹੈ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਧੂਰੀ ਦੇ ਇੱਕ ਪਿੰਡ ਵਿੱਚ ਰਹਿੰਦੀ ਹੈ ਅਤੇ ਉਹਨਾਂ ਦੇ ਮਾਪਿਆਂ ਨੇ ਉਹਨਾਂ ਦੀ ਹਰਕਤਾਂ ਕਰਕੇ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ 17 ਅਪ੍ਰੈਲ 2018 ਨੂੰ ਆਪਣੇ ਘਰ ਤੋਂ ਬੇਦਖਲ ਕਰ ਦਿੱਤਾ ਸੀ। ਅਤੇ ਜੰਮੂ ਜੀ ਅੱਜ ਸਾਡੇ ਨਾਲ ਪ੍ਰੋਗਰਾਮ ਵਿੱਚ ਮੌਜੂਦ ਨੇ, ਸਾਡੇ ਸੀਨੀਅਰ ਪੱਤਰਕਾਰ, ਤੁਹਾਡਾ ਪ੍ਰੋਗਰਾਮ ਵਿੱਚ ਸਵਾਗਤ ਹੈ। ਅਤੇ ਜਿਹੜੀ ਸਭ ਤੋਂ ਪਹਿਲੀ ਜਿਹੜੀ ਸਭ ਤੋਂ ਪਹਿਲੀ ਖਬਰ ਹੈ ਕਿ ਕੈਪਟਨ ਦੀ ਨਵੀਂ ਪਾਰਟੀ ਅਤੇ ਜਿਹੜੇ ਸੁੱਖੀ ਰੰਧਾਵਾ ਅਤੇ ਸਾਰੇ ਜਿਹੜੇ ਕਿਸਾਨ ਅੰਦੋਲਨ ਹੈ ਉਹ ਭੜਕੇ ਹੋਏ ਨੇ, ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਭੜਕਣ ਦਾ ਕੰਮ ਹੈ ਨਾ ਇਸ ਮਾਮਲੇ 'ਚ ਉਹ ਸੁੱਖੀ ਰੰਧਾਵੇ ਦਾ, ਕਿਸਾਨ ਅੰਦੋਲਨ ਤਾਂ ਉਹਦੇ ਬਾਰੇ ਦੇਖ ਰਿਹਾ। ਕਿਸਾਨ ਅੰਦੋਲਨ ਨੇ ਤਾਂ ਇਹ ਕਿਹਾ ਹੈ ਉਹਦੇ ਆਗੂਆਂ ਨੇ ਵੀ ਇਹ ਗੱਲ ਠੀਕ ਹੈ ਜੇ ਕੈਪਟਨ ਅਮਰਿੰਦਰ ਸਿੰਘ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਘੱਟੋ ਘੱਟ ਭਾਅ ਬਣਾਉਣ ਦੇ ਵਿੱਚ ਪਹਿਲਕਦਮੀ ਕਰਦਾ ਅਤੇ ਇਹਨੂੰ ਲਾਗੂ ਕਰਵਾ ਦਿੰਦਾ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਇਹ ਕਿਸਾਨ ਅੰਦੋਲਨ ਦਾ ਕਹਿਣਾ, ਜਿਹੜੇ ਭੜਕਣ ਦਾ ਕੰਮ ਆ ਉਹ ਹੈਗਾ ਸੁੱਖੀ ਰੰਧਾਵੇ ਦਾ। ਅਸੀਂ ਇਸ ਮਾਮਲੇ 'ਚ ਦੱਸਣਾ ਚਾਹੁੰਦੇ ਹਾਂ ਕਿ ਆਪਣੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ ਵੀ ਸੁੱਖੀ ਰੰਧਾਵਾ ਜਿਹੜੀ ਮਾਝਾ ਬ੍ਰਿਗੇਡ ਹੈ ਇਹ ਉਹ ਲੋਕ ਨੇ, ਉਹ ਆਗੂ ਨੇ ਇਸ ਵੇਲੇ ਤਾਂ ਸੁੱਖੀ ਰੰਧਾਵਾ ਹੋਣੀ ਉਪ ਮੁੱਖ ਮੰਤਰੀ ਨੇ, ਗ੍ਰਹਿ ਮੰਤਰੀ ਹੁਣ ਨੇ ਇਸ ਵੇਲੇ। ਇਹਨਾਂ ਨੇ ਜਦੋਂ 2017 ਤੋਂ ਪਹਿਲਾਂ ਇਹਨਾਂ ਨੇ ਅਮਰਿੰਦਰ ਸਿੰਘ ਦਾ ਸਾਥ ਦਿੱਤਾ ਸੀ ਤਾਂ ਉਸ ਦੌਰ ਦੇ ਵਿੱਚ ਜਿਹੜੇ ਮਾਝੇ ਤੋਂ ਜਿਹੜੇ ਇਸ ਵੇਲੇ ਰਾਜ ਸਭਾ ਮੈਂਬਰ ਨੇ ਪ੍ਰਤਾਪ ਸਿੰਘ ਬਾਜਵਾ ਉਹ ਪ੍ਰਧਾਨ ਸੀ, ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਪ੍ਰਧਾਨ ਬਣਾਇਆ ਸੀਗਾ। ਉਹਦੇ ਵਿੱਚ ਜਦੋਂ ਇਹਨਾਂ ਨੂੰ ਪ੍ਰਧਾਨ ਬਣਾਉਣਾ ਸੀਗਾ ਅਤੇ ਉਹਦੇ ਵਿੱਚ ਜਿਹੜੇ ਸੁਨੀਲ ਜਾਖੜ ਆ ਉਹਨਾਂ ਨੂੰ ਪ੍ਰਧਾਨਗੀ ਤੋਂ ਜਿਹੜੇ ਵਿਰੋਧੀ ਧਿਰ ਦੇ ਉਹ ਆਗੂ ਸੀਗੇ ਉਹਦੇ ਤੋਂ ਅਸਤੀਫਾ ਦੇਣਾ ਪਿਆ ਸੀਗਾ। ਉਹਨਾਂ ਦੀ ਥਾਂ 'ਤੇ ਉਸ ਸਮੇਂ ਚੰਨੀ ਨੂੰ ਵਿਧਾਇਕ ਦਲ ਦਾ ਆਗੂ ਬਣਾਇਆ ਗਿਆ ਸੀਗਾ ਅਤੇ ਪ੍ਰਤਾਪ ਬਾਜਵੇ ਦੀ ਥਾਂ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀਗਾ। ਉਹਨਾਂ ਨੇ ਮੁੱਖ ਲੜਾਈ ਉਸ ਸਮੇਂ ਇਹਨਾਂ ਦੇ ਖਿਲਾਫ਼ ਲੜੀ ਸੀਗੀ ਪ੍ਰਤਾਪ ਬਾਜਵਾ ਦੇ ਖਿਲਾਫ਼, ਇਸ ਕਰਕੇ ਪ੍ਰਤਾਪ ਬਾਜਵਾ ਗੱਦੀ 'ਤੇ ਨਹੀਂ ਰਹੇ, ਪ੍ਰਧਾਨਗੀ ਉਹਨਾਂ ਨੂੰ ਛੱਡਣੀ ਪਈ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ। ਜਿਹੜਾ ਮੁੱਖ ਮੰਤਰੀ ਬਣਨ ਦਾ ਦੌਰ ਹੈ ਉਦੋਂ ਉਸ ਸਮੇਂ ਜਿਹੜੇ ਇਹਨਾਂ ਨੇ ਪ੍ਰਧਾਨ ਬਣਾਉਣ ਦਾ ਮਾਮਲਾ ਸੀਗਾ, ਇਹਨਾਂ ਨੇ ਇੱਕ ਸਟੇਜ 'ਤੇ ਇਹ ਇਸ ਗੱਲ ਲਈ ਵੀ ਤਿਆਰ ਹੋ ਗਏ ਸੀ ਵੀ ਜੇ ਸਾਨੂੰ ਕਾਂਗਰਸ ਹਾਈਕਮਾਂਡ ਪ੍ਰਧਾਨ ਨਹੀਂ ਬਣਾਉਂਦੀ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਇਹਨਾਂ ਨੇ ਨਵੀਂ ਪਾਰਟੀ ਬਣਾਉਣ ਬਾਰੇ ਵੀ ਪਰ ਤੋਲਣੇ ਸ਼ੁਰੂ ਕੀਤੇ ਸੀਗੇ। ਖੈਰ ਨਵੀਂ ਪਾਰਟੀ ਬਣਾਉਣ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਕੰਮ ਹੋ ਗਿਆ ਸੀਗਾ, ਕੰਮ ਚੱਲ ਪਿਆ ਸੀਗਾ ਕਿ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ। ਹੁਣ ਕੀ ਹੋਇਆ, ਇਸ ਵਾਰੀ ਕੀ ਹੋਇਆ, ਇਹਦੀ ਬੈਕਗਰਾਉਂਡ 'ਚ ਜਾਣ ਦੀ ਲੋੜ ਹੈਗੀ। ਇਸ ਵਾਰੀ ਇਹ ਹੋਇਆ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਹਨਾਂ ਵਾਅਦਿਆਂ ਦੇ ਵਿੱਚ ਕੀ ਮੁੱਖ ਗੱਲ ਸੀ, ਮੁੱਖ ਮਾਮਲਾ ਸੀ ਬੇਅਦਬੀ ਦਾ, ਨਸ਼ਿਆਂ ਦਾ, ਜਿਹੜੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਮਾਫੀਏ ਨੂੰ ਖਤਮ ਕਰਨ ਦਾ, ਉਹਨਾਂ ਦੇ ਉੱਪਰ ਕਾਰਵਾਈ ਨਹੀਂ ਹੋਈ। ਇਹਨਾਂ ਦਾ ਕਹਿਣਾ ਜਿਹੜੇ ਮਾਝਾ ਬ੍ਰਿਗੇਡ ਸੀਗਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨਾਲ ਅਤੇ ਬੀਜੇਪੀ ਦੀ ਲੀਡਰਸ਼ਿਪ ਨਾਲ ਮਿਲੇ ਹੋਏ ਆ, ਰਲੇ ਹੋਏ, ਇਹ ਇਹਨਾਂ ਨੇ ਦੋਸ਼ ਲਾਏ। ਇਹਨਾਂ ਨੇ ਬਕਾਇਦਾ ਕਾਂਗਰਸ ਹਾਈ ਕਮਾਂਡ ਨੂੰ ਲਿਖ ਕੇ ਦਿੱਤਾ, ਉਹਦੇ 'ਚ ਇੱਕ ਖੜਗੇ ਕਮੇਟੀ ਬਣੀ ਸੀ ਜੇ ਤੁਹਾਨੂੰ ਯਾਦ ਹੋਵੇ। ਇਹਨਾਂ ਨੇ 150 ਦੇ ਕਰੀਬ ਪੰਜਾਬ ਦੇ ਆਗੂ ਅਤੇ MLA ਉਸ ਕਮੇਟੀ ਅੱਗੇ ਪੇਸ਼ ਹੋਏ ਸੀਗੇ। ਉਸ ਕਮੇਟੀ ਅੱਗੇ ਇਹਨਾਂ ਸਾਰਿਆਂ ਨੇ ਕਿਹਾ ਸੀਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਜਿਹੜੀ ਅਫਸਰਸ਼ਾਹੀ ਨੂੰ ਦੇ ਦਿੱਤੀ ਹੈ, ਕੰਮ ਕਰ ਨਹੀਂ ਰਹੇ, ਇਸ ਕਰਕੇ ਇਹਨਾਂ ਦਾ ਜਿਹੜਾ ਰਾਜਸੀ ਜੀਵਨ ਆ ਇਹਨਾਂ ਤਾਂ ਆਪਣਾ ਪੂਰਾ ਕਰ ਲਿਆ
ਸਾਡਾ ਰਾਜਸੀ ਜੀਵਨ ਪਿਆ ਹੈ, ਅਸੀਂ ਅਗਲੀਆਂ ਚੋਣਾਂ ਵੀ ਲੜਨੀਆਂ, ਅਤੇ ਜਿਸ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਚੱਲ ਰਿਹਾ ਉਹਦੇ ਨਾਲ ਕਾਂਗਰਸ ਪਾਰਟੀ ਚੋਣ ਨਹੀਂ ਜਿੱਤੇਗੀ, ਇਸ ਕਰਕੇ ਇਹਨੂੰ ਲਾਂਭੇ ਕੀਤਾ ਜਾਵੇ। ਇਸ ਲੜਾਈ ਦੇ ਵਿੱਚ ਪਹਿਲਾ ਸਭ ਤੋਂ ਪਹਿਲਾਂ ਜਿਹੜਾ ਉਹ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਆ ਸੁਨੀਲ ਜਾਖੜ ਨੂੰ ਬਦਲਿਆ ਗਿਆ, ਉਹਨਾਂ ਦੀ ਬਲੀ ਲਈ ਕਿ ਪਹਿਲੀ ਤਾਂ ਇਹ ਕੰਮ ਹੋਇਆ। ਉਹ ਤੋਂ ਅਗਲਾ ਕੰਮ ਇਹਨਾਂ ਨੂੰ ਜਿਹੜਾ 18-31 ਏਜੰਡਾ ਦਿੱਤਾ ਕਾਂਗਰਸ ਹਾਈ ਕਮਾਂਡ ਨੇ ਵੀ ਆਹ ਏਜੰਡਾ ਇਹਨੂੰ ਲਾਗੂ ਕਰੋ। ਉਹ ਏਜੰਡਾ ਲਾਗੂ ਕਰਨ ਲਈ ਇੱਕ ਤਾਲਮੇਲ ਕਮੇਟੀ ਬਣਾਏਗੀ, ਕੋਆਰਡੀਨੇਸ਼ਨ ਕਮੇਟੀ ਬਣਾਏਗੀ, ਉਹਦੀ ਕੈਪਟਨ ਅਮਰਿੰਦਰ ਸਿੰਘ ਚੇਅਰਮੈਨ ਬਣੇ, ਉਹਦੀ ਉਹਨਾਂ ਨੇ ਕੋਈ ਮੀਟਿੰਗ ਨਹੀਂ ਕੀਤੀ। ਉਹ ਏਜੰਡਾ ਜਿਹੜਾ ਲਾਗੂ ਕਰਨਾ ਸੀ ਉਹ ਏਜੰਡਾ ਲਾਗੂ ਨਹੀਂ ਹੋਇਆ, ਇਸ ਕਰਕੇ ਫਿਰ ਮੁਹਿੰਮ ਚੱਲੀ ਵੀ ਇਹ ਏਜੰਡਾ ਜਿਹੜਾ 18-31 ਲਾਗੂ ਨਹੀਂ ਕਰਦੇ ਅਤੇ ਇਸ ਕਰਕੇ ਇਹਨਾਂ ਨੂੰ ਚੱਲਦਾ ਕੀਤਾ ਜਾਵੇ। ਅਲਟੀਮੇਟਲੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਾ ਪਿਆ, ਉਹਨਾਂ ਨੂੰ ਅਸਤੀਫਾ ਦੇਣਾ ਪਿਆ ਅਤੇ ਵਿਧਾਇਕ ਦਲ ਦੀ ਇੱਕ ਮੀਟਿੰਗ ਹੋਈ ਸੀ ਜਿਹੜੀ ਇੰਟਰਸਟਿੰਗ ਗੱਲ ਹੈ। ਉਸ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਦੋ MLA ਕੈਪਟਨ ਅਮਰਿੰਦਰ ਸਿੰਘ ਨਹੀਂ ਸੀ ਗਏ ਅਤੇ ਦੂਜਾ MLA ਜਿਹੜਾ ਪੰਜਾਬ ਵਿਧਾਨ ਸਭਾ ਦਾ ਸਪੀਕਰ ਸੀਗਾ ਜਿਹੜਾ ਕਿ ਕੰਸਟੀਟਿਊਸ਼ਨਲ ਪੋਸਟ ਕਰਕੇ ਨਹੀਂ ਸੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਇਆ। ਅਦਰਵਾਈਜ਼ ਜਿਹੜੇ ਸਾਰੇ MLA ਕਾਂਗਰਸ ਪਾਰਟੀ ਦੇ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀ ਜਿਹਦੇ ਵਿੱਚ ਜਿਹੜਾ ਅਗਲਾ ਮੁੱਖ ਮੰਤਰੀ ਬਣਾਉਣ ਦਾ ਜਾਂ ਵਿਧਾਇਕ ਦਲ ਦਾ ਨੇਤਾ ਚੋਣ ਦੇ ਅਧਿਕਾਰ ਕਾਂਗਰਸ ਹਾਈ ਕਮਾਂਡ ਨੂੰ ਦਿੱਤੇ ਸੀਗੇ, ਜਿਨ੍ਹਾਂ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ, ਭਾਵੇਂ ਕਿ ਨਾ ਹੋਰ ਵੀ 2-3 ਸੀਗੇ ਪਰ ਅਲਟੀਮੇਟਲੀ ਮੁੱਖ ਮੰਤਰੀ ਬਣਨ 'ਚ ਚੰਨੀ ਸਫਲ ਹੋ ਗਏ। ਹੁਣ ਕੈਪਟਨ ਅਮਰਿੰਦਰ ਸਿੰਘ ਜਿਹੜੀ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਭਾਜਪਾ ਦੇ ਨਾਲ ਗੱਠਜੋੜ 'ਚ ਕੁਝ ਵੀ ਗਲਤ ਨੀਗਾ। ਭਾਜਪਾ ਇਹ ਸਾਰੀਆਂ ਮੰਨਦੇ ਕਿ ਭਾਜਪਾ ਜਿਹੜੀ ਇੱਕ ਫਿਰਕੂ ਪਾਰਟੀ ਹੈਗੀ ਹੈ ਦੇਸ਼ ਦੇ ਵਿੱਚ, ਅਤੇ ਕੈਪਟਨ ਅਮਰਿੰਦਰ ਸਿੰਘ ਵੀ ਇਹ ਗੱਲ ਕਹਿੰਦੇ ਰਹੇ, ਪਰ ਪਿਛਲੇ 1.5 ਸਾਲ ਤੋਂ ਉਹਨਾਂ ਦੀ ਭਾਜਪਾ ਨਾਲ ਜਿਹੜੀ ਨੇੜਤਾ ਵੱਧਦੀ ਗਈ। ਇਹ ਗੱਲ ਕਾਂਗਰਸ ਨੂੰ ਵੀ ਪਤਾ ਸੀ, ਕਾਂਗਰਸ ਹਾਈਕਮਾਂਡ ਨੂੰ ਵੀ ਪਤਾ ਸੀਗੀ, ਇਸ ਕਰਕੇ ਅਮਰਿੰਦਰ ਸਿੰਘ ਨੂੰ ਇੱਥੋਂ ਬਦਲਿਆ ਗਿਆ। ਹੁਣ ਉਹ ਜਿਹੜੇ ਤਿੰਨੇ ਖੇਤੀ ਕਾਨੂੰਨ ਜਿਨ੍ਹਾਂ ਦੇ ਖਿਲਾਫ਼ ਕਿਸਾਨ ਜਿਹੜੇ ਪਿਛਲੇ 10 ਮਹੀਨਿਆਂ ਤੋਂ ਅੰਦੋਲਨ ਕਰ ਰਿਹਾ, 11 ਮਹੀਨੇ ਹੋ ਜਾਣੇ ਆ ਅੱਜ ਜਿਹੜੇ ਆ, ਅੱਜ 21 ਹੋ ਗਈ ਹੈ, 4 ਦਿਨਾਂ ਨੂੰ ਉਹਨਾਂ ਨੂੰ ਪੂਰੇ 11 ਮਹੀਨੇ ਹੋ ਜਾਣਗੇ, ਅਤੇ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੇ ਹੱਕ ਦੇ ਵਿੱਚ ਚਲੇ ਗਏ ਕਿ BJP ਜਿਹੜੀ ਆ ਇਹ ਠੀਕ ਆ, ਕਿਉਂਕਿ ਉਹ ਚਾਹੁੰਦੇ ਆ ਕਿ ਜਿਵੇਂ ਤਰੀਕੇ ਨਾਲ ਉਹਨਾਂ ਨੂੰ ਹਟਾਇਆ ਗਿਆ ਉਹਨੂੰ ਬੇਇੱਜ਼ਤੀ ਫੀਲ ਕਰਦੇ ਵੀ ਮੇਰੀ ਬੇਇੱਜ਼ਤੀ ਕੀਤੀ ਗਈ ਹੈ, ਇਸ ਕਰਕੇ ਉਹ ਕਾਂਗਰਸ ਹਰਾਉਣਾ ਚਾਹੁੰਦੇ ਆ ਅਤੇ ਉਹ ਨਵਜੋਤ ਸਿੰਘ ਸਿੱਧੂ ਨੂੰ ਹਰਾਉਣਾ ਚਾਹੁੰਦੇ ਆ, ਇਸ ਕਰਕੇ ਉਹਨੂੰ ਕੌਣ ਹਰਾ ਸਕਦਾ, ਉਸ ਪਾਸੇ ਵੱਲ ਉਹ ਤੁਰੇ ਹੋਏ ਆ। ਬਾਕੀ ਜਿਹੜਾ BJP ਦੀ ਮਦਦ ਨਾਲ ਉਹ ਅਗਲੀਆਂ ਚੋਣਾਂ ਲੜਨਾ ਚਾਹੁੰਦੇ ਆ, ਉਹਨਾਂ ਨੇ ਆਪਣਾ ਇੱਕ ਖਾਕਾ ਜਿਹਾ ਵੀ ਐਲਾਨਿਆ ਹੋਇਆ ਵੀ ਮੈਂ BJP ਦੀ ਹਮਾਇਤ ਨਾਲ ਪਾਰਟੀ ਬਣਾਊਂਗਾ, BJP ਦੀ ਹਮਾਇਤ ਨਾਲ ਚੋਣਾਂ ਲੜਾਂਗਾ। ਉਹਦੇ ਵਿੱਚ ਜਿਹੜਾ ਅਕਾਲੀ ਦਲ ਸੰਯੁਕਤ ਅਕਾਲੀ ਦਲ ਉਹਦੇ ਨਾਲ ਵੀ ਸਮਝੌਤਾ ਕਰਾਂਗੇ। ਇਸ ਮੁੱਦੇ 'ਤੇ ਮੇਰੀ ਕੱਲ੍ਹ ਜਿਹੜੇ ਰਾਜ ਸਭਾ ਮੈਂਬਰ ਨੇ ਅਤੇ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨਾਲ ਵੀ ਗੱਲ ਹੋਈ ਬਾਤ ਹੋਈ, ਉਹ ਕਹਿੰਦੇ ਵੀ 3 ਸਾਲ ਪਹਿਲਾਂ ਸਾਡੀ ਕੈਪਟਨ ਨਾਲ ਕਦੇ ਗੱਲ ਹੋਈ ਸੀਗੀ, ਉਹ ਤੋਂ ਬਿਨਾਂ ਤਾਂ ਵੈਸੇ ਹੀ ਕੋਈ ਗੱਲਬਾਤ ਨਹੀਂ ਹੋਈ, ਇਸ ਕਰਕੇ ਅਸੀਂ ਉਹ ਕੀ ਕਰਦੇ ਆ, ਅਜੇ ਪਤਾ ਨਹੀਂ ਉਹਨਾਂ ਨੇ ਪਾਰਟੀ ਬਣਾਉਣੀ ਵੀ ਆ ਕਿ ਨਹੀਂ ਬਣਾਉਣੀ, ਹਵਾ 'ਚ ਹੀ ਆ ਸਾਰਾ ਕੁਝ, ਇਸ ਕਰਕੇ ਅਸੀਂ ਉਹਨਾਂ ਦੀ ਗੱਲ ਨੂੰ ਕਿਵੇਂ ਰਿਸਪੋਂਡ ਕਰ ਸਕਦੇ ਹਾਂ। ਸੋ ਇਹ ਹੈਗਾ ਉਹਨਾਂ ਨੇ ਕੈਪਟਨ ਸਾਹਿਬ ਜਿਹੜੇ ਇਸ ਵੇਲੇ ਕਿਸਾਨਾਂ ਦੇ ਜਿਹੜੇ ਦਮ 'ਤੇ ਇਹ ਕਰਨਾ ਚਾਹੁੰਦੇ, ਕਿਸਾਨਾਂ ਦਾ ਅੱਗੇ ਕਹਿਣਾ ਕਿ ਜਿੰਨਾ ਚਿਰ ਖੇਤੀ ਕਾਨੂੰਨ ਨਹੀਂ ਜਿਹੜੇ ਆ ਰੱਦ ਹੁੰਦੇ ਉਹਨਾਂ ਚਿਰ ਅਸੀਂ ਇਹਦੇ ਬਾਰੇ ਕੀ ਕਹਿ ਸਕਦੇ ਹਾਂ, ਜੇ ਉਹ ਕਰਵਾ ਦੇਣ ਅਸੀਂ ਵੈਲਕਮ ਕਰਾਂਗੇ। ਮੈਨੂੰ ਇਹ ਲੱਗਦਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਚਾਲ ਆ ਜਿਹੜੀ ਉਹਦੀ ਜਿਹੜੀ ਇਹ ਸਾਰੀ ਯੋਜਨਾ ਇਹਦੇ ਨਾਲ BJP ਨੂੰ ਤਾਂ ਲਾਹਾ ਹੋ ਸਕਦਾ, BJP ਦੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਉਹਨਾਂ ਨੇ ਵੀ ਹਮਾਇਤ ਕੀਤੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਦੇਸ਼ ਭਗਤ ਹੈ, ਪਹਿਲਾਂ ਉਹ ਹੋਰ ਸਟੈਂਡ ਲੈਂਦੇ ਸੀ ਹੁਣ ਉਹਨਾਂ ਨੇ ਦੇਸ਼ ਭਗਤ ਕਹਿਣਾ ਸ਼ੁਰੂ ਕੀਤਾ, ਇਹ ਪਹਿਲਾਂ ਉਹ ਪਾਕਿਸਤਾਨ ਵਾਲੇ ਦੋਸ਼ ਲਾਉਂਦੇ ਸੀਗੇ, ਇਹਨਾਂ ਦੀ ਜਿਹੜੀ ਉਹ ਜਿਹੜੀ ਮਿੱਤਰ ਸੀਗੇ ਰੂਸਾਲਮ ਉਹਦੀ ਗੱਲ ਕਰਦੇ ਸੀਗੇ, ਹੁਣ ਉਹ ਬੰਦ ਕਰਤੀ ਹੈ, ਹੁਣ ਉਹਨਾਂ ਨੂੰ ਕਹਿੰਦੇ ਵੀ ਇਹ ਦੇਸ਼ ਭਗਤ ਹੈ, ਮਤਲਬ ਉਹਨਾਂ ਦਾ ਜਿਹੜਾ ਸਟੈਂਡ ਹੈ ਮਤਲਬ ਵਿਦੇਸ਼ੀ ਮਾਮਲਿਆਂ ਦੇ ਉੱਪਰ, ਖਾਸ ਕਰਕੇ ਪਾਕਿਸਤਾਨ ਦੇ ਉੱਪਰ ਜਿਹੜੇ ਹਥਿਆਰ ਆ ਰਹੇ ਆ, ਜਿਹੜੀ ਨੈਸ਼ਨਲਿਸਟਿਕ ਪਹੁੰਚ ਹੈ ਕੈਪਟਨ ਅਮਰਿੰਦਰ ਸਿੰਘ ਦੀ, ਉਹਦੀ BJP ਨੇ ਹੁਣ ਸ਼ਲਾਘਾ ਜਿਹੜੀ ਕਰ ਦਿੱਤੀ ਆ। ਉਹਨਾਂ ਲੱਗਦਾ ਕਿ ਜੇ ਅਮਰਿੰਦਰ ਸਿੰਘ ਅੱਗੇ ਲੱਗ ਜਾਵੇ ਤਾਂ ਉਹਨਾਂ ਦਾ ਜਿਹੜਾ ਵਿਰੋਧ ਆ ਉਹ ਕਰ ਸਕਦਾ, ਉਹਨਾਂ ਦਾ ਵਿਰੋਧ ਨਹੀਂ ਹੋਏਗਾ। ਸੋ ਇਸ ਤਰੀਕੇ ਨਾਲ ਉਹ ਇਹ ਚੱਲ ਰਿਹਾ। ਦੂਜੀਆਂ ਗੱਲਾਂ, ਕੈਪਟਨ ਅਮਰਿੰਦਰ ਸਿੰਘ ਨੇ ਬਲਿਊ ਸਟਾਰ ਦੇ ਖਿਲਾਫ ਇੱਕ ਅਸਤੀਫਾ ਦਿੱਤਾ ਸੀਗਾ, ਲੋਕ ਸਭਾ ਦਾ ਮੈਂਬਰ ਸੀ ਉੱਥੋਂ ਅਸਤੀਫਾ ਦਿੱਤਾ ਸੀਗਾ। ਉਸ ਤੋਂ ਬਾਅਦ ਪਾਣੀਆਂ ਦੇ ਮੁੱਦੇ 'ਤੇ ਪਿਛਲੀ ਜਿਹੜੀ ਸਰਕਾਰ ਆ 2002 ਤੋਂ 2007 ਤੱਕ ਸੀਗੀ,
ਜਿਹੜਾ ਪਾਣੀਆਂ ਦਾ ਸਮਝੌਤਾ ਰੱਦ ਕਰਤਾ ਸੀ, ਟਰਮੀਨੇਸ਼ਨ ਆਫ ਵਾਟਰ ਐਕਟ ਰੱਦ ਕਰਨ ਲਈ ਜਿਹੜਾ ਵਿਧਾਨ ਸਭਾ 'ਚ ਇਹਨਾਂ ਨੇ ਇੱਕ ਮਤਾ ਪਾਸ ਕੀਤਾ ਸੀਗਾ, ਫਿਰ ਗਵਰਨਰ ਨੇ ਵੀ ਉਹਨੂੰ ਉਹਦੇ 'ਤੇ ਮੋਹਰ ਲਾ ਦਿੱਤੀ ਸੀ। ਇਹ ਜਿਹੜਾ ਕੰਮ ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਇਮੇਜ ਬਣਿਆ ਸੀ ਪਿਛਲੀ ਉਹਦੇ 'ਚ ਟਰਮ ਦੇ ਵਿੱਚ, ਇਸ ਵਾਰੀ ਤਾਂ ਉਹ ਇਮੇਜ ਹੀ ਨਹੀਂ ਬਣਿਆ। ਇਸ ਵਾਰੀ ਤਾਂ ਇਹਨਾਂ ਕੀਤੇ ਹੀ ਕੁਛ ਨੀਗਾ, ਇਹਨਾਂ ਨੇ ਗੁਟਕਾ ਸਾਹਿਬ ਲੈ ਕੇ ਸਹੁੰ ਖਾਧੀ ਸੀਗੀ ਵੀ ਆਹ ਕੰਮ ਕਰਾਂਗੇ, ਉਹ ਨਹੀਂ ਕੀਤੇ। ਇਸ ਕਰਕੇ ਜੇ ਇਹਨਾਂ ਰਾਹੀਂ ਇਹਨਾਂ ਦੇ ਨੇੜਤਾ ਨਾਲ ਵੀ ਉਹ ਅੱਗੇ ਆਉਂਦੇ ਆ, ਉਹਦੇ 'ਚ ਵੀ ਕੋਈ ਬਹੁਤਾ ਮੈਨੂੰ ਨਹੀਂ ਲੱਗਦਾ ਅੱਜ ਦੀ ਘੜੀ ਦੇ ਵਿੱਚ ਉਹਦਾ ਕੁਛ ਬਾਹਲਾ ਕੁਝ ਵੱਟਿਆ ਜਾ ਸਕੇ, ਬਾਹਲਾ ਕੁਝ ਬਣ ਸਕੇ ਇਹ ਉਸ ਮਾਮਲੇ ਬਾਰੇ। ਇਸ ਤੋਂ ਪਹਿਲਾਂ ਮੈਂ ਇੱਥੇ ਇਹ ਵੀ ਗੱਲ ਕਹਿਣਾ ਚਾਹੁੰਗੀ ਕਿ ਆਪ ਨੇਤਾਵਾਂ ਦਾ ਕਹਿਣਾ ਹੈ ਕਿ ਪੀਐਮ ਮੋਦੀ ਨੇ ਕਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਅਗਲੀ ਆਪਣੀ ਜਿਹੜੀ ਅਲੱਗ ਪਾਰਟੀ ਦਾ ਗਠਨ ਕਰਨ ਉਹ, ਤੇ ਦੂਜੇ ਪਾਸੇ ਜੇ ਅਸੀਂ ਹਰੀਸ਼ ਰਾਵਤ ਦੀ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਸੈਕੂਲਰ ਅਮਰਿੰਦਰ ਨੂੰ ਉਹਨੇ ਮਾਰ ਦਿੱਤਾ ਹੈ। ਨੈਚੁਰਲੀ ਜਿਹੜਾ ਇਹ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ, ਜਿਨ੍ਹਾਂ ਨੇ ਇਹਨਾਂ ਨੂੰ ਅੱਗੇ ਲਿਆਉਣ ਦੇ ਵਿੱਚ ਮੋਹਰੀ ਭੂਮਿਕਾ ਨਿਭਾਈ, ਤੇ ਇਸ ਵਾਰੀ ਲਾਉਣ 'ਚ ਵੀ ਮੋਹਰੀ ਭੂਮਿਕਾ ਸੀਗੀ। ਉਹਨਾਂ ਨੇ ਅਮਰਿੰਦਰ ਸਿੰਘ ਦੇ ਉੱਪਰ ਸਖ਼ਤ ਹਮਲਾ ਕੀਤਾ। ਉਹਨਾਂ ਕਿਹਾ ਕਿ ਅਮਰਿੰਦਰ ਮੌਕਾ ਪ੍ਰਸਤ ਹੈ, ਅਮਰਿੰਦਰ ਨੇ ਪੰਜਾਬ ਨਾਲ ਧੋਖਾ ਕੀਤਾ। ਉਹ ਇੱਥੋਂ ਤੱਕ ਬਟੇਲ ਸ਼ਬਦ ਵੀ ਉਹਨਾਂ ਨੇ ਵਰਤਿਆ ਅਮਰਿੰਦਰ ਲਈ। ਇਹ ਉਹਨਾਂ ਕਿਹਾ ਵੀ ਇਹਨਾਂ ਨੂੰ ਆਪਣਾ ਆਪਣੇ ਪਰਿਵਾਰ ਦੇ ਜਾਂ ਕੁਝ ਖਾਸ ਦੋਸਤਾਂ ਦੇ ਇੰਟਰਸਟ ਹੀ ਪਿਆਰੇ ਨੇ, ਇਹਨਾਂ ਨੂੰ ਪੰਜਾਬ ਨਾਲ ਜਿਹੜਾ ਦਾਅਵਾ ਕੀਤਾ ਜਾ ਰਿਹਾ ਇਹਨਾਂ ਨੂੰ ਪੰਜਾਬ ਦੇ ਹਿੱਤ ਜਿਹੜੇ ਅੱਜ ਕੱਲ੍ਹ ਵੀ ਉਹ ਦਾਅਵਾ ਕਰਦੇ ਉਹ ਕੋਈ ਗੱਲ ਇਹੋ ਜਿਹੀ ਹੈ ਨਹੀਂ ਗੀ। ਇਸ ਕਰਕੇ ਉਹ ਇਹਨਾਂ ਦੇ ਖਿਲਾਫ ਐਕਸਟ੍ਰੀਮ ਤੱਕ ਜਾਣ ਵਾਲੇ ਪਹਿਲੇ ਕਾਂਗਰਸ ਆਗੂ ਨੇ। ਇਸ ਮੁੱਦੇ ਦੇ ਉੱਪਰ ਜਿਹੜਾ ਅਕਾਲੀ ਦਲ ਦਾ ਕੀ ਕਹਿਣਾ, ਅਕਾਲੀ ਦਲ ਦੀ ਹਰਸਿਮਰਤ ਬਾਦਲ ਉਹਨਾਂ ਦਾ ਕਹਿਣਾ ਕਿ ਜਿਹੜੇ ਤਿੰਨੇ ਖੇਤੀ ਕਾਨੂੰਨ ਆਏ ਉਹ ਕੈਪਟਨ ਅਮਰਿੰਦਰ ਸਿੰਘ ਦੀ ਵਜ੍ਹਾ ਕਰਕੇ ਆਏ, ਕੈਪਟਨ ਅਮਰਿੰਦਰ ਸਿੰਘ ਵੀ ਉਸ ਕਮੇਟੀ ਦੇ ਵਿੱਚ ਸ਼ਾਮਿਲ ਸੀਗੇ ਤਾਂ ਆਏ, ਤਾਂ ਉਹਨਾਂ ਨੇ ਇਸ ਐਂਗਲ ਤੋਂ ਹਮਲਾ ਕੀਤਾ। ਇਹੋ ਜਿਹੇ ਐਂਗਲ ਜਿਹੜਾ ਆਮ ਜਿਹੜੀ ਆਮ ਆਦਮੀ ਪਾਰਟੀ ਉਹਦਾ ਹੈ। ਸੋ ਕੈਪਟਨ ਅਮਰਿੰਦਰ ਸਿੰਘ ਲਈ ਕੋਈ ਸੌਖੀ ਰਸਤਾ ਨਹੀਂ ਗਾ। ਅਤੇ ਜਿਹੜਾ ਪੁਰਾਣਾ ਤਜਰਬਾ, ਜਦੋਂ ਇਹਨਾਂ ਨੇ ਆਪਣਾ ਪੰਥਕ ਅਕਾਲੀ ਦਲ ਬਣਾ ਕੇ 1992 ਦੇ ਵਿੱਚ ਚੋਣਾਂ ਲੜੀਆਂ ਸੀਗੀਆਂ, ਉਦੋਂ ਇਹ ਆਪ ਜਿੱਤੇ ਸੀਗੇ, ਇਹਨਾਂ ਦੇ 2 MLA ਹੋਰ ਜਿੱਤੇ ਸੀਗੇ, ਉਦੋਂ ਕੋਈ ਬਹੁਤਾ ਅੱਛਾ ਤਜਰਬਾ ਨਹੀਂ ਰਿਹਾ। ਇਸ ਕਰਕੇ ਨਵੀਂ ਪਾਰਟੀ ਬਣਾ ਕੇ ਕੀ ਕਰਨਗੇ, ਕਿਵੇਂ ਚੱਲਣਗੇ, ਮੈਨੂੰ ਲੱਗਦਾ ਨਹੀਂ ਕਿ ਨਵੀਂ ਪਾਰਟੀ ਤੋਂ ਬਹੁਤ ਕੁਝ ਇਹ ਕੱਢ ਲੈਣਗੇ। ਪਰ ਇਹਦੇ ਨਾਲ ਬੀਜੇਪੀ ਨੂੰ ਸਭ ਤੋਂ ਵੱਧ ਜਿਹੜਾ ਫਾਇਦਾ ਬੀਜੇਪੀ ਨੂੰ ਹੀ ਹੋਏਗਾ, ਹੋਰ ਕਿਸੇ ਨੂੰ ਨਹੀਂ। ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ ਕਿਸਾਨ ਅੰਦੋਲਨ, ਵੈਸੇ ਵੀ ਜੇ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿੰਦੀ ਹੈ, ਮੰਨ ਲੈਂਦੀ ਹੈ ਗੱਲ, ਅਤੇ ਨਾਲ ਮਿਨੀਮਮ ਸਪੋਰਟ ਪ੍ਰਾਈਸ ਦਾ ਐਲਾਨ ਕਰ ਦਿੰਦੀ ਹੈ, ਤਾਂ ਉਹਦੇ ਨਾਲ ਕਿਸਾਨ ਜਿਹੜੇ ਆ ਉਹ ਵੈਸੇ ਹੀ ਸਾਰਿਆਂ ਦੇ ਘਰਾਓ ਬੰਦ ਕਰ ਦੇਣਗੇ, ਇੱਕ ਨਵਾਂ ਫਿਜ਼ਾ ਬਣ ਜਾਏਗੀ ਪੰਜਾਬ ਦੀ, ਹਰਿਆਣੇ ਦੀ, ਯੂਪੀ ਤੱਕ ਵੀ ਬਣ ਜਾਏਗੀ। ਹੁਣ ਬੀਜੇਪੀ ਦਾ ਜਿਹੜਾ ਮੁੱਖ ਮੰਤਵ ਆ ਉਹ ਯੂਪੀ ਹੈ, ਯੂਪੀ ਦਾ ਕਰਕੇ ਉਹ ਚਾਹੁੰਦੇ ਆ ਕਿ ਇਹ ਮਾਮਲਾ ਜਿਹੜਾ ਹੱਲ ਹੋਵੇ, ਅਤੇ ਜਿਹੜਾ ਯੂਪੀ ਦੇ ਵਿੱਚ ਬੀਜੇਪੀ ਨੂੰ ਵਿਰੋਧ ਹੋ ਰਿਹਾ ਉਹ ਨਾ ਹੋ ਸਕੇ। ਅਤੇ ਕੈਪਟਨ ਅਮਰਿੰਦਰ ਸਿੰਘ ਏਡੀ ਹੇਠਲੇ ਲੈਵਲ ਤੱਕ ਕਿਉਂ ਚਲ ਗਏ, ਭਾਜਪਾ ਨਾਲ ਉਹ ਇਸ ਲੈਵਲ 'ਤੇ ਕਿਉਂ ਚਲੇ ਗਏ, ਇਹਦੇ ਬਾਰੇ ਅਸੀਂ ਨਹੀਂ, ਮਤਲਬ ਵੱਖ ਵੱਖ ਹਲਕਿਆਂ ਦਾ ਕਹਿਣਾ ਕਿ ਜਿਹੜੇ ਈਡੀ ਅਤੇ ਇਨਕਮ ਟੈਕਸ ਦੇ ਕੇਸ ਨੇ ਜਿਹੜੇ ਕੇਂਦਰ ਸਰਕਾਰ ਦੇ ਉਹਨਾਂ ਦੋਨਾਂ ਵਿਭਾਗਾਂ ਦੀ ਨਕੇਲ ਜਿਹੜੀ ਉਹ ਕੇਂਦਰ ਸਰਕਾਰ ਕੋਲ ਆ, ਅਤੇ ਉਹੀ ਵਜ੍ਹਾ ਹੈ ਇੱਕ ਜਿਹੜੀ ਆ ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਉਸ ਪਾਸੇ ਵੱਲ ਗਏ ਨੇ ਜਾਂ ਉਸ ਪਾਸੇ ਵੱਲ ਜਾ ਰਹੇ ਨੇ। ਅਤੇ ਇਹਦਾ ਪੰਜਾਬ 'ਤੇ ਕੀ ਇੰਪੈਕਟ ਪਏਗਾ ਇਹ ਦੇਖਣਾ ਹੋਏਗਾ, ਚੋਣਾਂ ਦੇ ਵਿੱਚ ਦੇਖਿਆ ਜਾਏਗਾ। ਦੂਜਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਜ਼ਰੂਰ ਬਣਾ ਲੈਣਗੇ, ਪਰ ਉਹ ਪਬਲਿਕ ਤੌਰ 'ਤੇ ਨਾ ਪਹਿਲਾਂ ਕਦੇ ਵਿਚਰੇ ਸੀ ਨਾ ਫਿਊਚਰ 'ਚ ਕੁਝ ਵਿਚਰਨਗੇ। ਇਹ ਜਿਹੜਾ ਉਹਨਾਂ ਕਿਹਾ ਵੀ ਮੈਂ ਤਾਂ ਅਜੇ 80 ਸਾਲ ਦਾ ਹੋਣਾ ਮਾਰਚ 'ਚ, 11 ਮਾਰਚ ਨੂੰ ਉਹਨਾਂ ਨੇ ਅਗਲੇ ਸਾਲ 80 ਸਾਲ ਦਾ ਹੋਣਾ। ਬਾਦਲ ਹੋਣਾ ਦੀ ਜਿਹੜੀ ਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਮੇਰਾ ਖਿਆਲ 12-13 ਸਾਲ ਵੱਡੇ ਨੇ, 92-93 ਸਾਲ ਦੇ ਨੇ। ਉਹਨਾਂ ਨੂੰ ਲੱਗਦਾ ਜੇ ਪ੍ਰਕਾਸ਼ ਸਿੰਘ ਬਾਦਲ ਕੰਮ ਕਾਜ ਕਰ ਸਕਦੇ ਮੈਂ ਕਿਉਂ ਨਹੀਂ ਕਰ ਸਕਦਾ, ਮੈਂ ਵੀ ਲੀਡ ਕਰ ਸਕਦਾ। ਜਦੋਂ ਕਿ ਉਹਨਾਂ ਨੇ ਜਿਹੜੀਆਂ ਪਿਛਲੀਆਂ ਚੋਣਾਂ ਲੜੀਆਂ 17 ਵਾਲੀਆਂ, ਉਹ ਚੋਣਾਂ ਤੋਂ ਬਾਅਦ ਕਹਿ ਦਿੱਤਾ ਸੀਗਾ ਕਿ ਮੇਰੀ ਇਹ ਅੰਤਮ ਪਾਰੀ ਹੈ, ਇਸ ਤੋਂ ਬਾਅਦ ਮੈਂ ਰਾਜਨੀਤੀ ਦੇ ਵਿੱਚ ਸਰਗਰਮ ਨਹੀਂ ਰਹਾਂਗਾ। ਪਰ ਜਦੋਂ ਸਾਲ ਡੇਢ ਸਾਲ ਲੰਘਿਆ ਤਾਂ ਉਹ ਤੋਂ ਬਾਅਦ ਫਿਰ ਉਹਨਾਂ ਕਹਿਤਾ ਵੀ ਮੈਂ ਤਾਂ ਅਗਲੀਆਂ ਚੋਣਾਂ ਲੜੂੰਗਾ, ਮਤਲਬ ਉਹਨਾਂ ਆਪ ਹੀ ਕਿਹਾ ਸੀ ਨਹੀਂ ਲੜੂੰਗਾ, ਆਪ ਹੀ ਕਹਿਤਾ ਮੈਂ ਲੜੂੰਗਾ, ਆਪ ਹੀ ਉਹਨਾਂ ਹੁਣ ਨਵੀਂ ਪਾਰਟੀ ਦਾ ਮਾਮਲਾ ਲਿਆਂਦਾ, ਮਤਲਬ ਇਹ ਕੰਮ ਜਿਹੜੇ ਆ ਉਹ ਕਰ ਰਹੇ ਆ। ਇਸ ਤਰੀਕੇ ਦਾ ਉਹਨਾਂ ਦੀ ਹਾਲਤ ਹੈ। ਇਹਦੇ ਵਿੱਚ ਉਹਨਾਂ ਨੂੰ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ ਪਾਰਟੀ ਸਾਰੇ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜੇ ਕਾਂਗਰਸੀ ਆ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਆਗੂ ਜਿਹੜੇ ਉਹ ਕਹਿੰਦੇ ਵੀ ਠੀਕ ਹੋਇਆ, ਮਤਲਬ
ਇਹਨਾਂ ਨੇ ਜਾਣਾ ਹੀ ਸੀਗਾ, ਇਹਨਾਂ ਨੇ ਪਹਿਲਾਂ ਕੁਝ ਨਹੀਂ ਕੀਤਾ, ਸਰਕਾਰ ਦੇ ਸਮੇਂ ਨਹੀਂ ਕੁਝ ਕੀਤਾ, ਹੁਣ ਅੱਗੇ ਕੀ ਕਰਨਗੇ? ਪੰਜਾਬ ਦਾ ਭਲਾ ਇਹਨਾਂ ਨੇ ਕਰਨਾ? ਜੇ ਖੇਤੀ ਕਾਨੂੰਨਾਂ ਨੂੰ ਹੁਣ ਜੋ ਇਹ ਫਿਰ ਰਿਹਾ, ਜਦੋਂ ਇਹ ਮੁੱਖ ਮੰਤਰੀ ਸੀ ਇਹਨਾਂ ਨੇ ਵਾਅਦਾ ਕੀਤਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਵੀ ਇਹਦੇ ਉੱਪਰ ਅਸੀਂ ਪ੍ਰਧਾਨ ਮੰਤਰੀ ਨੂੰ ਮਿਲਾਂਗੇ। ਹੁਣ ਪਿਛਲੇ ਕੁਝ ਸਮੇਂ ਚ ਤਿੰਨ ਵਾਰੀ ਮਿਲਿਆ ਹੈ, ਉਦੋਂ ਨਹੀਂ ਮਿਲੇ, ਉਦੋਂ ਮਿਲਣ ਦੀ ਲੋੜ ਤਾਂ ਉਦੋਂ ਸੀ ਨਾ, ਉਦੋਂ ਨਹੀਂ ਮਿਲੇ। ਮਤਲਬ ਹੁਣ ਇਹ ਉਹ ਜਿਹੜਾ ਇਹਨਾਂ ਦੇ ਉੱਪਰ ਦੋਗਲੇ ਕਿਰਦਾਰ ਦਾ ਮਾਮਲਾ ਲਾਉਂਦੇ, ਦੋਸ਼ ਲਾਉਂਦੇ, ਉਹ ਤਾਂ ਸਾਬਤ ਹੋ ਰਿਹਾ ਨਾ ਵੀ ਉਦੋਂ ਜਦੋਂ ਲੋੜ ਸੀਗੀ ਉਦੋਂ ਇਹ ਨਹੀਂ ਮਿਲੇ, ਹੁਣ ਮਿਲ ਰਿਹਾ। ਹੁਣ ਇਹਨਾਂ ਨੂੰ ਮੇਰਾ ਖਿਆਲ ਇਹਨਾਂ ਕਿਸੇ ਮੁੱਖ ਮੰਤਰੀ ਨੂੰ ਵੀ ਟਾਈਮ ਨਹੀਂ ਮਿਲਦਾ, ਪ੍ਰਧਾਨ ਮੰਤਰੀ ਜਦੋਂ ਦਿੱਲੀ ਜਾਂਦੇ ਮਿਲ ਆਉਂਦੇ। ਸੋ ਇਹਨਾਂ ਦੇ ਉੱਪਰ ਸਵਾਲ ਜਿਹੜੇ ਉੱਠਣੇ ਲਾਜ਼ਮੀ ਨੇ। ਸੋ ਦੇਖਣਾ ਇਹ ਹੋਏਗਾ ਭਵਿੱਖ ਦੇ ਵਿੱਚ, ਇਹ ਦੇਖਿਆ ਜਾਏਗਾ ਵੀ ਇਹ ਕੀ ਕਰਦੇ ਆ। ਇਸ ਤੋਂ ਮੈਂ ਸਮਝਦਾ ਵੀ ਅਗਲਾ ਮਸਲਾ ਜਿਹੜਾ ਉਹ ਜਿਹੜਾ ਸਾਨੂੰ ਲੈਣਾ ਚਾਹੀਦਾ, ਜਿਹੜੇ ਨਿਹੰਗ ਅਮਨ ਸਿੰਘ ਦੇ ਮਾਮਲੇ ਦੇ ਉੱਪਰ ਪੰਜਾਬ ਸਰਕਾਰ ਨੇ ਇੱਕ 3 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਇਹ 3 ਮੈਂਬਰੀ ਕਮੇਟੀ ਜਿਹੜੀ ਆ ADGP ਜਿਹੜੇ ਨਾ ਵਰਿੰਦਰ ਕੁਮਾਰ, ਉਹਨਾਂ ਦੀ ਅਗਵਾਈ ਦੇ ਵਿੱਚ ਬਣੀ ਆ। ਇਸ ਕਮੇਟੀ ਦੇ ਦੂਜੇ ਮੈਂਬਰ ਨੇ ਜਿਹੜੇ ਫਿਰੋਜ਼ਪੁਰ ਰੇਂਜ ਦੇ IG ਨੇ ਇੰਦਰਬੀਰ ਸਿੰਘ ਅਤੇ ਤਰਨ ਤਾਰਨ ਦੇ SSP। ਇਹਨਾਂ ਨੇ ਕਹਿਣਾ ਗ੍ਰਹਿ ਮੰਤਰੀ ਦਾ, ਸੁਖਜਿੰਦਰ ਸਿੰਘ ਰੰਧਾਵਾ ਦਾ, ਵੀ ਸਾਨੂੰ ਜਿਹੜੀ ਆ ਮਰਨ ਵਾਲਾ ਲਖਵੀਰ ਸਿੰਘ ਆ ਉਹਦੀ ਭੈਣ ਰਾਜ ਕੌਰ ਨੇ ਇੱਕ ਸ਼ਿਕਾਇਤ ਦਿੱਤੀ ਆ ਉੱਥੇ ਪੁਲਿਸ ਨੂੰ, ਉਹਦੀ ਸ਼ਿਕਾਇਤ ਦੇ ਆਧਾਰ 'ਤੇ ਅਸੀਂ ਇਹਦੇ ਸਾਰੇ ਪੱਖ ਜਾਣਨ ਲਈ, ਉਘੇੜਨ ਲਈ, ਉਹਨਾਂ ਦਾ ਸੱਚ ਕੱਚ ਸਾਹਮਣੇ ਲਾਉਣ ਲਈ ਇੱਕ ਸਿੱਟ ਕਾਇਮ ਕੀਤੀ ਹੈ। ਇਹ ਸਿੱਟ ਕਿਸੇ ਥਾਂ ਦੇ ਉੱਪਰ ਵੀ ਕਿਸੇ ਕੋਲੋਂ ਹੋਰ ਕੋਲੋਂ ਸਹਾਇਤਾ ਲੈ ਸਕਦੀ ਹੈ, ਅਤੇ ਸਿੱਟ ਜਿਹੜੀ ਹੈ ਇਹ ਸੱਚ ਲਿਆਏਗੀ ਸਾਹਮਣੇ। ਇਹਨੂੰ ਬਹੁਤ ਜਲਦੀ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ। ਇਹ ਕਮੇਟੀ ਜਾਂਚ ਕਰੇਗੀ ਇਹ ਸਾਰੇ ਮਾਮਲੇ ਦਾ ਵੀ ਕਿਵੇਂ ਮਤਲਬ ਲਖਵੀਰ ਸਿੰਘ ਦਿੱਲੀ ਪਹੁੰਚਿਆ, ਦਿੱਲੀ ਦੇ ਵਿੱਚ ਕੀ ਵਾਪਰਿਆ, ਇਹ ਸਾਰੇ ਪੱਖ ਜਿਹੜੇ ਆ ਇਹਦੇ ਸਾਹਮਣੇ ਲਿਆਂਦੇ ਜਾਣਗੇ। ਇਹਦੇ ਨਾਲ ਹੀ ਇੱਕ ਕਮੇਟੀ ਕਿਸਾਨਾਂ ਨੇ ਬਣਾਤੀ, 5 ਮੈਂਬਰੀ ਕਮੇਟੀ ਬਣਾਤੀ ਹੈ, ਉਹ ਵੀ 3-4 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਦੇਗੀ ਵੀ ਸਿੰਘੂ ਬਾਰਡਰ ਦੇ ਵਿੱਚ ਕਿਵੇਂ ਘਟਨਾਕ੍ਰਮ ਵਰਤਿਆ, ਕਿਵੇਂ ਲਖਵੀਰ ਸਿੰਘ ਆਇਆ ਅਤੇ ਕਿਵੇਂ ਉਹਦਾ ਕਤਲ ਹੋਇਆ, ਜਾਂ ਜਿਹੜੀ ਨਿਹੰਗਾਂ ਦੀ ਭਾਸ਼ਾ ਜਿਹੜੇ ਹਮਾਇਤੀ ਨੇ ਉਹਨਾਂ ਦੇ ਅਨੁਸਾਰ ਕਿਵੇਂ ਉਹਨੂੰ ਸੋਧਿਆ ਗਿਆ, ਕੀ ਉਹ ਦੋਸ਼ੀ ਹੈ ਸੀ ਜਾਂ ਨਹੀਂ ਸੀ, ਕੀ ਉਹਨੇ ਬੇਅਦਬੀ ਕੀਤੀ ਸੀਗੀ। ਜਿਹੜਾ ਜਿਹੜੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਉਹਦੇ 'ਚ ਦੱਸਿਆ ਜਾ ਰਿਹਾ ਕਿ 30,000 ਰੁਪਏ ਵਾਸਤੇ ਉਹ ਆਏ ਸੀ ਇੱਥੇ। ਦੇਖੋ ਉਹ ਤਾਂ ਨਿਹੰਗ ਅਮਨ ਸਿੰਘ ਹੁਣੀ ਕਹਿ ਰਹੇ ਨਾ ਵੀ ਇੱਕ ਇਹ ਆ ਗਿਆ, 19 ਜਣੇ ਹੋਰ ਸੀਗੇ, ਉਸ 19 ਜਣਿਆਂ ਦੀ ਵੀਡੀਓ ਜਿਹੜੀ ਉਹ ਪਬਲਿਕ ਕਰ ਦੇਣ ਵੀ 19 ਹੋਰ ਕਿਹੜੇ ਕਿਹੜੇ ਸੀਗੇ। ਜਿਹੜਾ ਨਿਹੰਗ ਅਮਨ ਸਿੰਘ ਆ ਉਹਨਾਂ ਨੇ ਕੇਂਦਰੀ ਜਿਹੜੇ ਖੇਤੀਬਾੜੀ ਮੰਤਰੀ ਆ ਨਰਿੰਦਰ ਸਿੰਘ ਤੋਮਰ, ਉਹਨਾਂ ਨੂੰ ਜੁਲਾਈ ਮਹੀਨੇ 'ਚ ਮਿਲੇ ਸੀ ਜਦੋਂ ਕਿਸਾਨਾਂ ਨਾਲ ਗੱਲਬਾਤ ਨਹੀਂ ਸੀ ਹੋ ਰਹੀ, ਨਾ ਉਹਨਾਂ ਜਾਣ ਤੋਂ ਪਹਿਲਾਂ ਨਾ ਆਉਣ ਤੋਂ ਬਾਅਦ, ਕਦੇ ਕਿਸੇ ਨੂੰ ਦੱਸਿਆ ਨਹੀਂ ਵੀ ਉਹ ਜਿਹੜੇ ਕੇਂਦਰੀ ਮੰਤਰੀ ਉਹਨੂੰ ਮਿਲੇ, ਕਿਸੇ ਨੂੰ ਨਹੀਂ ਦੱਸਿਆ, ਚੁੱਪਚਾਪ ਮਿਲੇ, ਚੁੱਪਚਾਪ ਆ ਗਏ। ਉਹ ਤਾਂ ਜੇ ਟ੍ਰਿਬਿਊਨ ਅਖਬਾਰ ਦੇ ਵਿੱਚ ਉਹ ਫੋਟੋਆਂ ਉਹ ਖਬਰ ਨਾ ਛਪਦੀ ਤਾਂ ਦੁਨੀਆਂ ਨੂੰ ਪਤਾ ਹੀ ਨਹੀਂ ਸੀਗਾ ਵੀ ਨਿਹੰਗ ਅਮਨ ਸਿੰਘ ਕੌਣ ਆ ਅਤੇ ਕੀ ਕਰ ਰਿਹਾ। ਮਤਲਬ ਇਹ ਕਿਹਾ ਜਾਂਦਾ ਵੀ ਇਹ ਜਿਹੜੀ ਜਿਹੜਾ ਵਿਵਾਦਿਤ ਪੁਲਿਸ ਅਫਸਰ ਹੈ ਮਤਲਬ ਗੁਰਮੀਤ ਸਿੰਘ ਪਿੰਕੀ, ਉਹ ਉੱਥੇ ਕਰ ਰਿਹਾ ਸੀਗਾ। ਉਹਦੇ ਵਿੱਚ ਸੁਖਮਿੰਦਰ ਸਿੰਘ ਗਰੇਵਾਲ ਜਿਹੜਾ ਲੁਧਿਆਣੇ ਤੋਂ BJP ਦੇ ਕਿਸਾਨ ਮੋਰਚੇ ਦਾ ਆਗੂ, ਉਹ ਕੀ ਕਰ ਰਿਹਾ ਸੀਗਾ। ਇਹ ਕਈ ਸਾਰੇ ਸਵਾਲ ਹੈ ਕਿ ਜਿਹੜੇ ਕਿਸਾਨ ਮੋਰਚਾ ਉਹਨੇ ਇਹਨਾਂ ਨੂੰ ਅਲਾਓ ਕੀਤਾ ਸੀ ਵੀ ਜਾ ਕੇ ਉੱਥੇ ਕਰੋ ਇਹ ਕੰਮ, ਮਿਲੋ ਤੁਸੀਂ ਵੀ ਸਾਡੇ ਨਾਲ ਸਰਕਾਰ ਗੱਲ ਨਹੀਂ ਕਰਦੀ ਤੇ ਤੁਹਾਨੂੰ ਵਿਚੋਲੇ ਬਣਾਇਆ ਗਿਆ। ਇਹੋ ਜਿਹਾ ਤਾਂ ਕੁਝ ਇੱਕ ਅੱਜ ਖਬਰ ਇਹ ਵੀ ਆ ਰਹੀ ਹੈ ਕਿ ਲਖਵੀਰ ਸਿੰਘ ਦੇ ਖਿਲਾਫ ਜੋ ਹੈ ਕੇਸ ਉਹ ਦਰਜ ਹੋ ਚੁੱਕਿਆ ਕਿ ਉਹਨਾਂ ਨੇ ਬੇਅਦਬੀ ਵੀ ਕੀਤੀ ਸੀ, ਅੱਜ ਇਹ ਖਬਰ ਆ ਰਹੀ ਹੈ ਬਹੁਤ ਜ਼ਿਆਦਾ। ਉਹ ਤਾਂ ਕਿੱਥੇ ਦਰਜ ਕੀਤਾ? ਹਰਿਆਣੇ 'ਚ ਹੋਇਆ ਹੋਏਗਾ ਨਾ। ਹਰਿਆਣਾ ਤਾਂ ਦੇਖੋ ਕੇਂਦਰ ਸਰਕਾਰ, ਹਰਿਆਣਾ ਸਰਕਾਰ, ਉਹ ਤਾਂ ਇੱਕੋ ਲਾਈਨ 'ਚ ਨੇ ਨਾ, ਉਹ ਤਾਂ ਜਾਂਚ ਕਰ ਰਹੀ ਆ। ਉਹ ਕੋਈ ਵੀ ਇਹ ਕਿਉਂਕਿ ਮਾਮਲਾ ਤਾਂ ਇਹ ਵੀ ਉੱਠ ਰਿਹਾ ਨਾ ਵੀ ਸਰਬਜੀਤ ਸਿੰਘ ਜਿਹੜਾ ਜਿਹਨੇ ਕਤਲ ਕਰਨ ਵਾਲਿਆਂ 'ਚ ਕਿਹਾ ਜਾਂਦਾ, ਜਦੋਂ ਉਹਦੀ ਪੱਗ ਲੱਥੀ ਉਹਦੇ ਵਾਲ ਦਿਖਾਈ ਦਿੰਦੇ ਆ ਕੱਟੇ ਹੋਏ ਸੀਗੇ, ਮਤਲਬ ਉਹ ਹੁਣ ਕਿਹਾ ਜਾਂਦਾ ਵੀ ਉਹ ਅਜੇ ਨਵਾਂ ਨਿਹੰਗ ਬਣਿਆ ਸੀਗਾ। ਮਤਲਬ ਇਹ ਕਈ ਸਾਰੇ ਸਵਾਲ ਨੇ ਜਿਹਨਾਂ ਤੋਂ ਪਰਦਾ ਉੱਠਣ ਦੀ ਲੋੜ ਹੈਗੀ। ਇੱਕ ਤਾਂ ਸਰਕਾਰ ਦੀ ਕਮੇਟੀ ਬਣ ਗਈ ਇਸ ਮੁੱਦੇ ਦੇ ਉੱਪਰ, ਇੱਕ ਕਿਸਾਨ ਮੋਰਚੇ ਨੇ ਕਮੇਟੀ ਬਣਾਈ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ, ਇੱਕ ਜਿਹੜਾ ਵਕੀਲਾਂ ਦਾ ਇੱਥੇ ਚੰਡੀਗੜ੍ਹ ਦਾ ਇੱਕ ਗਰੁੱਪ ਆ, ਉਹ ਹੁਣੇ ਥੋੜ੍ਹੀ ਦੇਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਉਹ ਕਹਿੰਦੇ ਵੀ ਅਸੀਂ ਜਾਂਚ ਕਰ ਲਈ, ਉਹ ਆਪਣੀ ਰਿਪੋਰਟ ਜਾਰੀ ਕਰ ਰਹੇ। ਇਸ ਦਾ ਮਤਲਬ ਕੁੱਲ 4 ਕਮੇਟੀਆਂ ਜਿਹੜੀਆਂ ਸਿੰਘੂ ਬਾਰਡਰ ਦੇ ਘਟਨਾ ਕ੍ਰਮ ਦੇ ਉੱਪਰ ਬਣੀਆਂ, ਇਹਨਾਂ ਦੀ ਵੱਖੋ ਵੱਖਰੀ ਰਾਏ ਹੋਏਗੀ, ਵੱਖੋ ਵੱਖਰਾ ਦ੍ਰਿਸ਼ਟੀਕੋਣ ਹੋਏਗਾ। ਇਸ ਕਰਕੇ ਇਹ ਕਮੇਟੀਆਂ ਕੀ ਕਹਿੰਦੀਆਂ, ਕੀ ਰਿਪੋਰਟ ਦਿੰਦੀਆਂ, ਇਹ ਦੇਖਣੀ ਹੋਏਗੀ। ਅਤੇ ਇਸਦੇ ਨਾਲ ਹੀ
ਜਿਹੜਾ ਨਿਹੰਗ ਅਮਨ ਸਿੰਘ ਆ ਉਹਦੇ ਖਿਲਾਫ ਕੁਝ ਨਸ਼ਾ ਦੇ ਕੇਸ ਵੀ ਹੈਗੇ, ਉਹ ਕਪੂਰਥਲੇ ਜੇਲ੍ਹ 'ਚ ਵੀ ਰਿਹਾ ਹੋਇਆ, ਹੋਰ ਥਾਂ ਦੇ ਉੱਪਰ ਵੀ ਰਿਹਾ। ਇਹਨਾਂ ਜਿਹੜਾ ਗੁਰਮੀਤ ਸਿੰਘ ਪਿੰਕੀ ਬਾਰੇ ਕਿਹਾ ਵੀ ਇਹ ਉਹਨਾਂ ਨੂੰ ਮਿਲਦੇ ਰਹੇ ਜੇਲ੍ਹ 'ਚ, ਅੱਜ ਫੈਕਟਸ ਐਂਡ ਫਿਗਰ ਆ ਗਈਆਂ ਵੀ ਇਹ ਜਦੋਂ ਗੁਰਮੀਤ ਪਿੰਕੀ ਜੇਲ੍ਹ ਦੇ ਵਿੱਚ ਸੀਗਾ ਉਦੋਂ ਨਿਹੰਗ ਜਿਹੜਾ ਅਮਨ ਸਿੰਘ ਉਦੋਂ ਜੇਲ੍ਹ 'ਚ ਹੀ ਨਹੀਂ ਸੀਗਾ, ਉਹ ਜਿਹੜਾ ਹੋਰ ਜੇਲ੍ਹ ਦੇ ਵਿੱਚ ਰਿਹਾ, ਪਿੰਕੀ ਜਿਹੜਾ ਪਟਿਆਲਾ ਜੇਲ੍ਹ 'ਚ ਰਿਹਾ ਤੇ ਜਿਹੜਾ ਨਿਹੰਗ ਅਮਨ ਸਿੰਘ ਆ ਇਹ ਉੱਥੋਂ ਦੀ ਕਪੂਰਥਲਾ ਜੇਲ੍ਹ 'ਚ ਰਿਹਾ ਹੋਇਆ। ਮਤਲਬ ਇਹਨਾਂ ਦੀ ਕੋਈ ਟਾਈਮਿੰਗ ਹੈ ਹੀ ਨਹੀਂ ਗੀ। ਮਤਲਬ ਜਿਵੇਂ ਤੁਹਾਨੂੰ ਦੱਸਿਆ ਸੀ ਕਿ 2018 ਵਿੱਚ ਉਹਨਾਂ ਦੇ ਮਾਪਿਆਂ ਨੇ ਅਮਨ ਸਿੰਘ ਦੇ ਮਾਪਿਆਂ ਨੇ ਉਹਨਾਂ ਨੂੰ ਬੇਦਖਲ ਕਰ ਦਿੱਤਾ ਸੀਗਾ, ਤੇ ਇਹ ਵੀ ਨਾਲ ਦੱਸਿਆ ਜਾ ਰਿਹਾ ਕਿ ਬੱਬਨਪੁਰ ਪਿੰਡ ਹੈ ਜਿਹੜਾ, ਹਾਂਜੀ ਹਾਂਜੀ, ਉੱਥੇ ਮਤਲਬ ਬਹੁਤ ਹੀ ਤਰਸਯੋਗ ਹਾਲਤ ਵਿੱਚ ਰਹਿ ਰਹੇ ਨੇ ਉਹਨਾਂ ਦੇ ਮਾਪੇ। ਹਾਂ, ਗਰੀਬ ਪਰਿਵਾਰ 'ਚੋਂ ਹੀ ਆ, ਕੋਈ ਬਹੁਤ ਅੱਛੇ ਘਰ 'ਚੋਂ ਨਹੀਂ, ਗਰੀਬ ਪਰਿਵਾਰ 'ਚੋਂ। ਵੈਸੇ ਵੀ ਜਿਹੜੇ ਨਿਹੰਗ ਬਣਦੇ ਆ, ਮਤਲਬ ਇਹਨਾਂ 'ਚ 80-90% ਆਮ ਗਰੀਬ ਜਨਤਾ ਦੇ ਵਿੱਚੋਂ ਆਉਂਦੇ ਆ, ਮਤਲਬ ਅੱਛੇ ਘਰ ਦੇ ਵਿੱਚੋਂ, ਜਿਹੜਾ ਖਾਂਦੇ ਪੀਂਦੇ ਘਰਾਂ 'ਚੋਂ ਬਹੁਤ ਘੱਟ ਹੁੰਦੇ ਆ। ਆਮ ਤੌਰ 'ਤੇ ਜਿਹੜਾ ਗਰੀਬ ਘਰਾਂ 'ਚੋਂ ਹੀ ਇਸ ਪਾਸੇ ਵੱਲ ਨੂੰ ਤੁਰਦੇ ਆ, ਜਿੱਦਾਂ ਕਿ ਅਸੀਂ ਇਹਦੇ ਬਾਰੇ ਪੜ੍ਹਿਆ ਸੁਣਿਆ ਜਾਂ ਜੋ ਸਾਡੇ ਗਿਆਨ 'ਚ ਆਇਆ, ਮਤਲਬ ਉਹ ਇਹ ਮਾਮਲਾ। ਪਰ ਇਹ ਜਿਹੜੀ ਕੰਟਰੋਵਰਸੀ ਹੈ ਇਹ ਖਤਮ ਨਹੀਂ ਹੋਏਗੀ, ਇਹ ਕੰਟੀਨਿਊ ਰਹੇਗੀ, ਜਾਰੀ ਰਹੇਗੀ, ਵੀ ਇਹਦੇ ਵੱਖ ਵੱਖ ਪੱਖ ਜਿਹੜੇ ਆ ਲੋਕ ਇਹ ਜਾਣਨਾ ਚਾਹੁੰਗੇ। ਇਹਦੇ ਨਾਲ ਹੀ ਜਿਹੜੀ ਅਗਲੀ ਕੰਟਰੋਵਰਸੀ, ਅਗਲਾ ਵਾਦ ਵਿਵਾਦ ਹੈਗਾ ਸਰਬ ਲੋਕ ਗ੍ਰੰਥ ਬਾਰੇ, ਜਿਹੜੀ ਸਿੱਖੀ ਉਸ ਗ੍ਰੰਥ ਨੂੰ ਮਾਨਤਾ ਨਹੀਂ ਦਿੰਦੀ। ਭਾਈ ਕਾਨ ਸਿੰਘ ਨਾਭਾ ਨੇ ਆਪਣੇ ਵਿਸ਼ਵਕੋਸ਼ ਦੇ ਵਿੱਚ ਲਿਖਿਆ, ਹੋਰਾਂ ਨੇ ਲਿਖਿਆ, ਮਤਲਬ ਉਹਨੂੰ ਮਾਨਤਾ ਉਸ ਤਰੀਕੇ, ਪਰ ਅਸੀਂ ਉਸ ਗੱਲ ਦੇ ਵਿੱਚ ਨਹੀਂ ਜਾਂਦੇ। ਅਸੀਂ ਤਾਂ ਇਸ ਗੱਲ ਦੇ ਵਿੱਚ ਹਾਂ, ਕੋਈ ਵੀ ਗ੍ਰੰਥ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਉਹਦੀ ਜਿਹੜਾ ਵੀ ਕੋਈ ਬੇਅਦਬੀ ਕਰਦਾ ਉਹ ਗਲਤ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਵੀ ਉਹਨੂੰ ਸਜ਼ਾ ਨਾ ਮਿਲੇ। ਕਿਸੇ ਨੂੰ ਇਹ ਰਾਈਟ ਨਹੀਂ ਗਾ ਵੀ ਜਿਹਨੂੰ ਸਿੱਖ ਧਰਮ ਪ੍ਰਵਾਨਤਾ ਨਹੀਂ ਕਰਦਾ ਵੀ ਉਹਦੀ ਬੇਅਦਬੀ ਹੋਵੇ। ਅਸੀਂ ਇਸ ਗੱਲ 'ਚ ਨਹੀਂ ਪੈਣਾ ਚਾਹੁੰਦੇ। ਅਸੀਂ ਕਹਿੰਦੇ ਵੀ ਨਿਹੰਗਾਂ ਦਾ ਗ੍ਰੰਥ ਹੈ, ਨਿਹੰਗ ਇੱਕ ਗ੍ਰੰਥ ਮੰਨਣ, ਦੋ ਮੰਨਣ, ਚਾਰ ਮੰਨਣ, ਉਹਦੇ ਬੇਅਦਬੀ ਕਰਨ ਦਾ ਕਿਸੇ ਨੂੰ ਹੱਕ ਨਹੀਂ ਗਾ। ਪਰ ਇਹ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਸੀਗੀ, ਜਾਂਚ ਹੋ ਕੇ ਸਜ਼ਾ ਮਿਲਣੀ ਚਾਹੀਦੀ ਸੀ। ਇਹਨੂੰ ਜਿਵੇਂ ਜਿਸ ਢੰਗ ਨਾਲ ਮਾਰਿਆ, ਜਿਸ ਢੰਗ ਨਾਲ ਉਹ ਕੀਤਾ, ਉਹਦੇ ਨਾਲ ਅਸੀਂ ਪਹਿਲਾਂ ਵੀ ਸਹਿਮਤ ਨਹੀਂ ਸੀ, ਅੱਜ ਵੀ ਸਹਿਮਤ ਨਹੀਂ ਗੀ। ਹੁਣ ਦੇਖਦੇ ਹਾਂ, ਚਾਰ ਕਮੇਟੀਆਂ ਬਣੀਆਂ, ਕਿਸਾਨਾਂ ਦੀ ਕਮੇਟੀ ਨੇ 3 ਦਿਨਾਂ 'ਚ ਰਿਪੋਰਟ ਦੇਣੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮੇਟੀ ਪਤਾ ਨਹੀਂ ਕਿੰਨੇ ਦਿਨਾਂ 'ਚ ਰਿਪੋਰਟ ਦੇਵੇ, ਸਰਕਾਰ ਦੀ ਜਿਹੜੀ ਰਿਪੋਰਟ ਆ ਉਹ ਵੀ ਆਉਣੀ ਆ, ਫਿਰ ਅੱਜ ਇੱਕ ਜਿਹੜੀ ਰਿਪੋਰਟ ਆ ਰਹੀ ਹੈ, ਸੋ ਕਈ ਰਿਪੋਰਟਾਂ ਆਉਣਗੀਆਂ। ਹੋ ਸਕਦਾ ਕੱਲ੍ਹ ਨੂੰ ਕੋਈ ਹੋਰ ਵੀ ਕਮੇਟੀ ਬਣ ਜਾਵੇ। ਮਤਲਬ ਇਸ ਤਰੀਕੇ ਨਾਲ ਇਹ ਜਿਹੜਾ ਮਾਮਲਾ ਅੱਗੇ ਵੱਧ ਰਿਹਾ। ਸੋ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਨਿਹੰਗ ਅਮਨ ਸਿੰਘ ਬਾਰੇ ਆ, ਬਹੁਤ ਸਾਰੇ ਸਵਾਲ ਜਿਹੜੀਆਂ ਇਹ ਨਵੀਆਂ ਕਮੇਟੀਆਂ ਕੀ ਕਰਨਗੀਆਂ, ਕੋਈ ਸੱਚ ਕੱਚ ਸਾਹਮਣੇ ਲੋਕਾਂ ਦੇ ਲਿਆਉਣਗੀਆਂ, ਇਹ ਬਹੁਤ ਸਾਰੇ ਸਵਾਲਾਂ ਦਾ ਜਵਾਬ ਜਿਹੜੇ ਆ ਅਸੀਂ ਉਡੀਕ ਰਹੇ ਹਾਂ, ਵੇਟ ਕਰਾਂਗੇ ਕੀ ਬਣਦਾ ਇਸ ਮੁੱਦੇ ਦੇ ਉੱਪਰ। ਇਹ ਸੀਰੀਅਸ ਮਾਮਲਾ ਹੈਗਾ, ਦੇਖਾਂਗੇ ਅੱਗੇ ਕੀ ਚੱਲਦਾ ਜੀ। ਤੇ ਅਗਲਾ ਮੁੱਦਾ ਕਿ ਲਖੀਮਪੁਰ ਖੀਰੀ ਜੋ ਕਾਂਡ ਸੀ ਉਹਦੇ ਵਿੱਚ ਸੁਪਰੀਮ ਕੋਰਟ ਵੱਲੋਂ ਯੋਗੀ ਆਦਿੱਤਿਆਨਾਥ ਸਰਕਾਰ ਦੀ ਕਾਫੀ ਚਾਰਜਮ ਕੀਤੀ ਜਾ ਰਹੀ ਹੈ, ਕਿਉਂਕਿ ਕੇਸ ਨੂੰ ਬਹੁਤ ਜ਼ਿਆਦਾ ਲਟਕਾ ਦਿੱਤਾ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਸਾਰੇ ਪ੍ਰੂਫ ਸੀਗੇ, ਸਾਰੀ ਵੀਡੀਓ ਸੀਗੀ, ਉਸਦੇ ਬਾਵਜੂਦ ਵੀ ਇੰਨਾ ਟਾਈਮ ਕਿਉਂ ਲੱਗ ਰਿਹਾ? ਦੇਖੋ, ਯੂਪੀ ਸਰਕਾਰ ਜਿਹੜੀ ਆ, ਜੇ ਸੁਪਰੀਮ ਕੋਰਟ ਦਖਲ ਨਾ ਦਿੰਦੀ ਤੇ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਉਹਦੇ ਲੜਕੇ ਨੂੰ ਅਰੈਸਟ ਨਹੀਂ ਸੀ ਕੀਤਾ ਜਾਣਾ। ਪਹਿਲਾ ਨੋਟਿਸ ਜਿਹੜਾ ਦਿੰਦੇ ਹੈ, ਜਿਹੜੇ ਕਤਲ ਕੇਸ ਦਾ ਮਾਮਲਾ ਦਰਜ ਹੋਵੇ, ਨੋਟਿਸ ਦੇ ਕੇ ਉਹਨੂੰ ਬੁਲਾਇਆ ਜਾਂਦਾ। ਪਹਿਲੇ ਦਿਨ ਉਹ ਆਉਂਦਾ ਨਹੀਂ, ਦੂਜੇ ਦਿਨ ਆਉਂਦਾ, ਫਿਰ ਉਹ ਤੋਂ ਬਾਅਦ ਉਹਨੂੰ ਅਰੈਸਟ ਕੀਤਾ ਜਾਂਦਾ, ਗ੍ਰਿਫਤਾਰ ਕੀਤਾ ਜਾਂਦਾ। ਕਿਸਾਨ ਜਥੇਬੰਦੀਆਂ ਜਿਹੜੀਆਂ, ਸੰਯੁਕਤ ਕਿਸਾਨ ਮੋਰਚਾ ਲਗਾਤਾਰ ਇਸ ਗੱਲ 'ਤੇ ਲੱਗਾ ਹੋਇਆ ਕਿ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਰਾਜ ਇਹ ਜਿਹੜੇ ਮਿਸ਼ਰਾ ਨੇ, ਅਜੇ ਮਿਸ਼ਰਾ, ਇਹਨਾਂ ਨੂੰ ਕੇਂਦਰੀ ਬਾਜ਼ਾਰ 'ਚੋਂ ਬਾਹਰ ਕੱਢਿਆ ਜਾਵੇ, ਇਹਨਾਂ ਦੀ ਛਾਂਟੀ ਕੀਤੀ ਜਾਵੇ। ਜਿੰਨਾ ਚਿਰ ਇਹਨਾਂ ਦੀ ਛਾਂਟੀ ਨਹੀਂ ਕੀਤੀ ਜਾਂਦੀ, ਉਹਨਾਂ ਚਿਰ ਇਸ ਕੇਸ ਦੀ ਜਾਂਚ ਸਹੀ ਨਹੀਂ ਹੋ ਸਕਦੀ। ਸੁਪਰੀਮ ਕੋਰਟ ਕੱਲ੍ਹ, ਕਿਉਂਕਿ ਕਈ ਦਿਨਾਂ ਬਾਅਦ, ਛੁੱਟੀਆਂ ਤੋਂ ਬਾਅਦ ਕੱਲ੍ਹ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਇਸ ਕੇਸ ਦੀ। ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਜਿਹੜੇ ਚੀਫ ਜਸਟਿਸ ਰਮੰਨਾ ਨੇ, ਉਹਨਾਂ ਨੇ ਕਿਹਾ ਵੀ, 3 ਮੈਂਬਰੀ ਬੈਂਚ ਆ ਉਹਨਾਂ ਦੀ ਅਗਵਾਈ 'ਚ, ਵੀ ਤੁਸੀਂ 44 ਜਿਹੜੇ ਗਵਾਹ ਸੀ ਉਹਨਾਂ ਦੀਆਂ ਗਵਾਹੀਆਂ ਦਰਜ ਕਰਨੀਆਂ ਸੀਗੀਆਂ, ਤੁਹਾਨੂੰ ਅਸੀਂ ਸਟੇਟਸ ਰਿਪੋਰਟ ਦੇਣ ਲਈ ਕਿਹਾ ਸੀ, ਤੁਸੀਂ ਸਟੇਟਸ ਰਿਪੋਰਟ ਕਿਉਂ ਨਹੀਂ ਦਿੱਤੀ ਅੱਜ ਤੱਕ? ਤੁਹਾਡੇ ਕੋਲ ਖੁੱਲ੍ਹਾ ਕੁ ਸਮਾਂ ਸੀ, ਇਨਫ ਟਾਈਮ ਸੀਗਾ। ਫਿਰ ਉਹਨਾਂ ਕਹਿ ਰਹੀ, ਨਹੀਂ ਜੀ, ਅਸੀਂ ਬੰਦ ਲਿਫਾਫੇ 'ਚ ਰਿਪੋਰਟ ਦੇ ਦਿੱਤੀ ਆ। ਉਹਨਾਂ ਕਿਹਾ ਜੀ, ਅਸੀਂ ਬੰਦ ਲਿਫਾਫੇ ਦੀ ਤਾਂ ਗੱਲ ਹੀ ਨਹੀਂ ਸੀ ਕੀਤੀ, ਇਹ ਤੁਹਾਨੂੰ ਕਿੱਥੋਂ ਸੁਪਨਾ ਆ ਗਿਆ ਵੀ ਤੁਸੀਂ ਬੰਦ ਲਿਫਾਫੇ 'ਚ ਰਿਪੋਰਟ ਦੇਣੀ? ਉਹ ਰਿਪੋਰਟ ਉਹਨਾਂ ਸਬਮਿਟ ਕੀਤੀ, ਉਸ ਰਿਪੋਰਟ ਦੇ ਜਾਰੀ ਰੱਖਾਂਗੇ। ਫਿਲਹਾਲ ਇੱਕ ਅੰਤਰਾਲ ਦਾ ਵੇਲਾ ਹੋ ਗਿਆ।